ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਨ ਜਾ ਰਹੇ ਹਾਂ ਇੱਕ ਵਾਇਰਲ ਵੀਡੀਓ ਦੀ ਜੋ ਹੈਗੀ ਹੈ DJ Flow ਦੇ ਬਾਰੇ ਤੇ Karn Oil ਦੇ ਬਾਰੇ ਤਾਂ ਦੱਸ ਰਹੇ ਦੋਸਤੋ ਰੀਸੈਂਟਲੀ ਇੰਟਰਵਿਊ ਦੇ ਵਿੱਚ DJ Flow ਨੇ ਕੁਝ ਇਹੋ ਜਿਹਾ ਕਹਿ ਦਿੱਤਾ ਜੋ Karn Oil ਦੇ ਫੈਨਸ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਤੇ ਇਸੇ ਗੱਲ ਦੇ ਉੱਪਰ DJ Flow ਨੂੰ ਰਿਪਲਾਈ ਕੀਤਾ ਜਾ ਰਿਹਾ ਟਾਲਟ ਕੀਤਾ ਜਾ ਰਿਹਾ ਇੱਕ ਇੰਟਰਵਿਊ ਦੇ ਵਿੱਚ ਜਦੋਂ DJ Flow ਕੋਲ ਸਵਾਲ ਪੁੱਛਿਆ ਕਿ ਪੰਜਾਬ ਦੇ ਅੰਡਰ ਰੇਟਡ ਆਰਟਿਸਟ ਕਿਹੜੇ ਨੇ ਯਾਨੀ ਕਿ ਉਹ ਆਰਟਿਸਟ ਜਿਨ੍ਹਾਂ ਦਾ ਟੈਲੈਂਟ ਬਹੁਤ ਹੈ ਲੇਕਿਨ ਉਹਨਾਂ ਦਾ ਨਾਮ ਬਹੁਤ ਘੱਟ ਹੈ ਤੇ ਉਹਨਾਂ 'ਚ DJ Flow ਨੇ ਕਿਸੇ ਦਾ ਨਾਮ ਲੈ ਲ ਉਨਾਂ ਕੋਲ ਸਵਾ ਲੁੱਛ ਆ ਗਿਆ ਕਿ ਪੰਜਾਬ ਦੇ ਓਵਰ ਰੇਟਡ ਆਰਟਿਸਟ ਕੋਲ ਇਹ ਉਹਨਾਂ ਨੇ ਛੱਡ ਦੇਣੀ ਜਵਾਬ ਦਿੱਤਾ ਕਾਰਨ ਆਇਲ ਆ ਇਸ ਗੱਲ ਤੋਂ ਕਾਰਨ ਆਇਲ ਦੇ ਫੈਨ ਜਿਹੜੇ ਹੈਗੇ ਨੇ ਉਹ ਨਰਾਜ਼ ਹੋ ਗਏ ਤਾਂ ਦਾਸ ਨੇ ਦੋਸਤੋ ਕਾਰਨ ਆਇਲ ਦੇ ਡੀ ਜੇ ਫਲੋ ਦਾ ਗਾਣਾ ਵੀ ਰਿਲੀਜ਼ ਹੋਣਾ ਜਿਹਦਾ ਨਾਮ ਹੈ ਓਕੇ ਰਿਪੋਰਟ ਲੇਕਿਨ ਉਸ ਤੋਂ ਪਹਿਲਾਂ ਡੀ ਜੇ ਫਲੋ ਨੇ ਕੁਝ ਐਵੇਂ ਦਾ ਵਿਵਾਦਤ ਬਿਆਨ ਦਿੱਤਾ ਹੈ ਹਾਲਾਂਕਿ ਡੇ ਬਲੋ ਨੇ ਬਿਲਕੁਲ ਓਪਨਲੀ ਗੱਲ ਕੀਤੀ ਹੈ ਜੇ ਉਹਨਾਂ ਨੂੰ ਲੱਗਦਾ ਤੇ ਹੋ ਸਕਦਾ ਉਹਨਾਂ ਦਾ ਆਪਣਾ ਓਪੀਨੀਅਨ ਹੋਵੇ ਲੇਕਿਨ ਇਹ ਗੱਲ ਕਾਰਨ ਆਇਲ ਦੇ ਫੈਨਸ ਨੂੰ ਹਜਮ ਨਹੀਂ ਹੋਈ ਹੁਣ ਦੋਸਤੋ ਗੱ .com ਦੇ ਨਾਲ ਇੱਕ ਕੰਟਰੈਕਟ ਸਾਈਨ ਕੀਤਾ ਜਿੱਥੇ ਉਹ stake.com ਨੂੰ ਪ੍ਰਮੋਟ ਕਰਨਗੇ ਐਜ਼ ਅ ਬ੍ਰਾਂਡ ਐਂਬੈਸਡਰ ਤੇ ਉਹਦੇ ਵਿੱਚ 200 ਕਰਨ ਆਇਲਾ ਵੀ ਬ੍ਰਾਂਡ ਐਂਬੈਸਡਰ ਨੇ ਤੇ stake ਨੂੰ ਪ੍ਰਮੋਟ ਕਰਦੇ ਪਏ ਨੇ ਇਹਦੇ ਵਿੱਚ 200 ਕਿਹਾ ਜਾ ਰਿਹਾ ਕਿ ਡ੍ਰੈਗ ਤੇ ਕਰਨ ਆਇਲਾ ਦੇ ਵਿੱਚ ਕੁਛ ਨਾ ਕੁਛ ਖਿਜੜੀ ਪੱਕਦੀ ਪਈ ਹੈ ਪ੍ਰੋਜੈਕਟ ਨੂੰ ਲੈ ਕੇ ਦੋਸਤੋ ਇਨੀਸ਼ੀਅਲੀ ਡਿਸਕਸ਼ਨ ਸ਼ੁਰੂ ਹੋ ਚੁੱਕੀ ਹੈ ਡ੍ਰੇਕ ਇਸ ਤੋਂ ਬਲਕਿ ਕਈ ਆਰਟਿਸਟ ਜਿਹੜੇ ਨੇ ਇੰਟਰਨੈਸ਼ਨਲੀ ਉਹਨਾਂ ਨਾਲ ਕੋਲਾਬ ਕਰ ਚੁੱਕੇ ਨੇ ਆਫੀਸ਼ੀਅਲੀ ਉਹ ਸਿੱਧੂ ਮੂਸੇਵਾਲਾ ਨੂੰ ਫੋਲੋ ਵੀ ਕਰਦੇ ਨੇ ਇਹਦੇ ਵਿੱਚ ਦੋਸਤੋ ਹੁਣ ਕਰਨ ਆਇਲਾ ਦਾ ਡ੍ਰੇਕ ਨਾਲ ਇਦਾਂ ਇੱਕੋ ਕੰਪਨੀ ਦੇ ਨਾਲ ਇੱਕੋ ਪਲੇਟਫਾਰਮ ਦੇ ਉੱਪਰ ਆਣਾ ਏਦਰ ਸ਼ਾਰਾ ਹੈ ਕਿ ਕਾਰਨ ਆਇਲਾ ਦੀ ਡ੍ਰੇਕ ਨਾਲ ਕੋਲਾਬੋਰੇਸ਼ਨ ਆ ਸਕਦੀ ਹੈ ਇਹਨੂੰ ਕਿੰਨਾ ਕੁ ਟਾਈਮ ਲੱਗੇਗਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਲੇਕਿਨ ਡ੍ਰੇਕ ਤੇ ਕਾਰਨ ਆਇਲਾ ਇੱਕੋ ਹੀ ਪਲੇਟਫਾਰਮ ਨੂੰ ਪ੍ਰਮੋਟ ਕਰਦੇ ਪਏ ਨੇ ਇਸੇ ਕਰਕੇ ਉਹ ਦੋਨੋਂ ਇਕੱਠੇ ਕੋਲਾਬ ਵੀ ਕਰ ਸਕਦੇ ਨੇ ਤੁਹਾਡੇ ਦੇ ਉੱਪਰ ਦੋਸਤੋ ਕੀ ਕਹਿਣਾ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਦਿਓ ਮਿਲਦੇ ਹਾਂ ਹੋਰ ਵੀਡੀਓਸ 'ਤਾਂ ਧੰਨਵਾਦ